टक्कर में अभी कोई भी नहीं टक्कर में। हाँ जी, सत श्री अकाल जी सारिआं नूं, तुहाडा स्वागत है अपने यूट्यूब चैनल दे विच। तुसीं थंबनेल तों अंदाजा ला लिया होगा अज आपां किहदे रिलेटड गल करनी आ। अज आपां गल करांगे स्वराज 969 दे बारे। ये लिया है अपने मित्र ने बली खौफ ने, उन्हूं बाबा बधाईआं, तुहाडी उहदे नाल भी गल्लबात करावांगे। ते तुसीं वीडियो स्किप नहीं करनी, इहदे विच तुहानूं इहदा प्राइज़ दस्सांगे, फुली डिटेल दस्सांगे, कंपैरिजन करांगे 855 नाल। ਅਤੇ ਬਾਕੀ ਜੋ ਕੀ ਆਪਾਂ ਐਕਸਟਰਾ ਲਵਾਇਆ, ਛੱਤਰੀ ਹੋ ਗਈ, ਜਿਵੇਂ ਜੋ ਵੀ ਆਹ ਲੈਮੀਨੇਸ਼ਨ ਹੋ ਗਈ, ਮੈਟ ਮੁਟ ਵਗੈਰਾ ਹੋ ਗਏ, ਇਹ ਆਪਾਂ ਐਕਸਟਰਾ ਲਵਾਏ ਨੇ ਕਿ ਨਾਲ ਮਿਲੇ ਨੇ। ਇਹ ਵੀ ਇੰਟਰਸਟਿੰਗ ਗੱਲ ਹੋ ਗਈ ਤੁਹਾਡੇ ਦੇਖਣ ਨੂੰ, ਤੁਸੀਂ ਇਹ ਵੀ ਦੇਖਣੀ ਆ, ਅਤੇ ਆਪਾਂ ਫੁੱਲੀ ਡਿਟੇਲ ਪੂਰੀ ਨੌਲੇਜ ਦੇਵਾਂਗੇ ਤੁਹਾਨੂੰ। ਬਹੁਤ ਬਹੁਤ ਮੁਬਾਰਕਾਂ ਬੱਲੀ ਤੈਨੂੰ ਨਵੇਂ ਟਰੈਕਟਰ ਦੀਆਂ। ਤੈਨੂੰ ਵੀ ਵੀਰੇ ਬਹੁਤ ਬਹੁਤ ਮੁਬਾਰਕਾਂ, ਅਤੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜਿੰਨੇ ਵੀ ਜਣੇ ਆਪਣੀ ਵੀਡੀਓ ਦੇਖ ਰਹੇ ਨੇ। ਸੋ ਹਾਂਜੀ, ਆਪਾਂ ਹੁਣ ਗੱਲ ਕਰਦੇ ਹਾਂ ਪੁਆਇੰਟ ਟੂ ਪੁਆਇੰਟ ਕਿੰਨੇ ਦਾ ਪਿਆ, ਤੁਹਾਨੂੰ ਪਹਿਲਾਂ ਦੱਸਿਆ ਜੀ, ਆਪਾਂ ਹੁਣ ਉਸ ਰਿਲੇਟਡ ਗੱਲ ਕਰਦੇ ਹਾਂ, ਕੋਈ ਫਾਲਤੂ ਗੱਲ ਨਹੀਂ ਕਰਨੀ। ਹੁਣ ਆਪਾਂ ਨੇ ਹੁਣ ਆਪਾਂ ਬੱਲੀ ਨੂੰ ਪੁੱਛਦੇ ਹਾਂ ਇਹ 'ਚ ਕਿਹੜੇ ਕਿਹੜੇ ਨਵੇਂ ਫੀਚਰ ਨੇ ਜੋ ਵਟਸਐਪ 55 ਦੇ ਵਿੱਚ ਨਹੀਂ ਸੀ, ਸਾਨੂੰ ਉਹਦੇ ਬਾਰੇ ਜਿੰਨੀ ਵੀ ਤੈਨੂੰ ਨੌਲੇਜ ਹੈ ਟਰੈਕਟਰ ਬਾਰੇ ਸਾਨੂੰ ਦੱਸ ਮਾੜੀ ਜੀ। ਜਿਵੇਂ ਕਿ ਤੁਸੀਂ ਹੁਣ ਸਟਾਰਟਿੰਗ ਦੇ ਵਿੱਚ ਵੀਡੀਓ ਦੇਖੀਆਂ ਨੇ, ਪਹਿਲਾਂ ਤਾਂ ਸਭ ਤੋਂ ਬੜਾ ਡਿਫਰੈਂਸ ਇਹ ਸ਼ੋਅ ਦਾ ਹੀ ਆ, ਜਿਵੇਂ ਸਵਰਾਜ ਆਪਣੀ ਜਿਹੜੀ ਲੁੱਕ ਨਾਲ ਫੇਮਸ ਹੋਇਆ ਸੀ, ਉਹ ਇੱਕ ਚੋਰ ਸ਼ੋਅ ਸੀ, ਪਰ ਉਹਦੇ ਇਹਨਾਂ ਨੇ ਇੱਕ ਡਿਫਰੈਂਟ ਕੰਮ ਕੀਤਾ, ਇੱਕ ਤਰ੍ਹਾਂ ਦਾ ਆਊਟ ਆਫ ਬਾਕਸ ਥਿੰਕਿੰਗ ਕਰਕੇ ਗੋਲਡ ਲੁੱਕ 'ਚ ਲਿਆਂਦਾ ਟਰੈਕਟਰ ਨੂੰ। ਅਤੇ ਇਹ ਉਹ ਤੋਂ ਵੀ ਜ਼ਿਆਦਾ ਪਹਿਲਾਂ ਸ਼ੋਅ ਉਹਦੀ ਹੋਰ ਸੀ, ਚੋਰ ਸੀ ਉਹਦੀ, ਚੋਰ ਸੀ, ਅਤੇ ਉਹਦੇ ਨਾਲ ਮੈਨੂੰ ਲੱਗਦਾ ਬਹੁਤ ਜ਼ਿਆਦਾ ਅਟਰੈਕਟਿਵ ਲੱਗਦੀ ਆ, ਕਿਉਂਕਿ ਇਹਦੀ ਹੈੱਡਲਾਈਟਸ ਦੇਖਣ ਸ਼ੋਅ 'ਚ ਕਰਤਾ, ਜਿਹਦੇ ਕਰਕੇ ਇਹਦੀਆਂ ਹੈੱਡਲਾਈਟਾਂ ਵੀ ਦੇਖੋ ਆਪਾਂ ਸਾਈਡ ਤੱਕ ਤੇ ਬੜੀਆਂ ਗੱਲ ਦਿੱਤੀਆਂ ਹੋਈਆਂ ਨੇ ਉਹਨਾਂ ਵੱਲੋਂ। ਅਤੇ ਦੂਜੀ ਗੱਲ ਜਿਹੜੀ ਆਪਾਂ ਇਹਦੇ ਡਿਫਰੈਂਸ ਦੇਖਿਆ, ਉਹਦੇ ਨਾਲ ਕੱਦ ਦੇ ਵਿੱਚ ਬਹੁਤ ਜ਼ਿਆਦਾ ਬੜਾ ਲੰਬਾਈ, ਕੱਦ ਵੀ ਬਹੁਤ ਬੜਾ ਆ, ਤੁਹਾਨੂੰ ਮੈਂ ਲੰਬਾਈ ਦੇ ਵਿੱਚ ਵੀ ਬਹੁਤ ਬੜਾ ਜਿਹੜਾ ਉਹਦੇ ਉੱਤੇ, ਮੈਂ ਤਾਂ ਮੱਲੋ ਮੱਲੀ ਕਹੂੰਗਾ ਵੀ ਟਰੈਕਟਰ ਬਹੁਤ ਜ਼ਿਆਦਾ ਉੱਚਾ ਹੈ। ਅਤੇ ਹੋਰ ਜੇ ਆਪਾਂ ਇਹਦੇ ਕੈਬਨ ਦੀ ਗੱਲ ਕਰੀਏ ਤਾਂ ਕੰਫਰਟੇਬਲ ਕੈਬਨ ਹੈ, ਅੱਜ ਉੱਤੇ ਦੇਖੀਏ ਆਪਾਂ ਬਹੁਤ ਖੁੱਲ੍ਹਾ ਕੈਬਨ ਹੈ, ਦੂਜੇ ਆਪਣੇ 855 ਨਾਲ ਹੋਰ ਟਰੈਕਟਰ ਨਾਲੋਂ ਵੀ, ਆਪਣੇ ਕੋਲ 855 ਪਹਿਲਾਂ 4-star ਸੀ, ਉਹਦੇ ਨਾਲ ਤਾਂ ਬਹੁਤ ਜ਼ਿਆਦਾ ਫਰਕ ਆ, ਕੈਬਨ ਦਾ ਸਾਈਡ ਗੇਅਰ ਲਗਾ ਦਿੱਤੇ ਗਏ ਨੇ ਜਿਹਦੇ ਵਿੱਚ ਹਾਈ ਮੀਡੀਅਮ। ਤੇ ਸਭ ਤੋਂ ਮੈਂ ਕਹਿੰਦਾ ਮੇਨ ਗੱਲ ਇਹ 'ਚ ਇਹ ਆ ਕਿ ਸਾਈਡ ਗੇਅਰ ਯਾਨੀ ਕਿ ਪ੍ਰੋਪਰ ਨੇ ਹੁਣ, ਪ੍ਰੋਪਰ ਸਾਈਡ ਗੇਅਰ ਵੀ, ਪਹਿਲਾਂ ਬੰਦਾ ਨੀਵਾਂ ਹੋ ਗੇਅਰ ਪਾਉਂਦਾ ਸੀਗਾ, ਤੇ 3 ਮੀਡੀਅਮ 'ਚ ਨੇ, ਹਾਈ ਲੋ ਮੀਡੀਅਮ, ਤੇ ਇੱਧਰ ਉਹੀ ਇਹ ਵੀ ਮੈਂ ਦਿਖਾ ਦਿੰਦਾ, ਆਹ ਦੇਖ ਸਕਦੇ ਹੋ ਹਾਈ ਲੋ ਮੀਡੀਅਮ, ਤੇ ਉੱਧਰ ਵੀ 4 ਗੇਅਰ ਦਿੱਤੇ ਗਏ ਨੇ ਇੱਧਰ ਬਸ, ਤੇ ਜਿਹੜੀ ਕਹਿੰਦੇ ਐਡੀਸ਼ਨਲ ਚੀਜ਼ ਪ੍ਰੋਵਾਈਡ ਕਰੀ ਹੈ ਗੇਅਰਾਂ ਨਾਲ, ਉਹ ਹੈਂਡ ਬ੍ਰੇਕ ਨੇ, ਹੈਂਡ ਬ੍ਰੇਕ ਜੇ ਆਹ ਜਿਹੜੇ ਆਹ ਰੱਖੇ ਨੇ, ਤੇ ਆਹ ਆਪਣਾ ਪੀਡੀਓ ਦਾ ਗੇਅਰ ਹੈ ਜੀ, ਠੀਕ ਹੈ, ਪੀਡੀਓ ਗੇਅਰ ਨਾਲ, ਤੇ ਆਹ ਸਾਈਡ ਤੇ ਕਲੱਚ ਦਿੱਤਾ ਗਿਆ ਜਿਹੜਾ ਆਪਾਂ ਪਹਿਲਾਂ ਸਵਰਾਜ ਦੇ ਵਿੱਚ ਨਹੀਂ ਦੇਖਦੇ। ਇਹਦਾ ਕੀ ਪਾਇਆ, ਕੀ ਚੱਕਰ ਇਹਦਾ? ਇਹ ਪੀਡੀਓ ਦਾ ਕਲੱਚ ਹੈ, ਜਿਵੇਂ ਆਪਾਂ ਬਾਈ ਚਾਂਸ ਆਪਾਂ ਉਰੋਂ ਗੇਅਰ ਪਾ ਲੈਂਦੇ ਆ, ਆਪਾਂ ਉਰੇ ਚਲਾ ਲਿਆ ਇਹਨੂੰ ਐਂ ਕਰਕੇ ਕਲੱਚ ਤੇ ਹੋ ਗਿਆ, ਹੁਣ ਜਦ ਆਪਾਂ ਕਲੱਚ ਦੱਬਦੇ ਹੀ ਟਰੈਕਟਰ ਵੀ ਰੁਕਦਾ ਤੇ ਪੀਡੀਓ ਵੀ ਆਪਣੀ ਰੁਕਦੀ ਜੀ। ਤੇ ਹੁਣ ਇੱਕ ਚੀਜ਼ ਆ ਦੇ ਦੀ, ਇਹਦਾ ਕਲੱਚ ਕਰਤਾ, ਕਿਉਂਕਿ ਤੁਹਾਡੇ ਕੋਲ ਪਹਿਲਾਂ 855 ਸੀ ਨਾ, ਇਹ ਆਪਾਂ ਪਹਿਲਾਂ ਸ਼ੋਅ ਕਰ ਚੁੱਕੇ ਆ, ਇਹ ਦੋਹੇ ਤਰ੍ਹਾਂ ਦਾ ਆ ਰਿਹਾ, ਨੰਬਰਿੰਗ ਦੇ ਵਿੱਚ ਵੀ ਆ, ਤੇ ਆਪਣਾ ਇਹ ਮੀਟਰਾਂ 'ਚ ਆ ਗਿਆ ਹੁਣ, ਪੁਰਾਣਾ ਸਿਸਟਮ ਵੀ ਆ, ਦੋਹੇ ਸਿਸਟਮ ਇਹਦੇ ਵਿੱਚ ਅਲਾਊਡ ਕੀਤੇ ਗਏ ਨੇ ਉਹਨਾਂ ਦੇ ਵੱਲੋਂ, ਵੀ ਆਪਾਂ ਨੂੰ ਰਾਤ ਨੂੰ ਵੀ ਦਿੱਕਤ ਨਾ ਆਵੇ ਕੋਈ ਚੱਕਰ, ਇਹ 'ਚ ਲਾਈਟ ਵੀ ਹੋਊ ਨਾ, ਲਾਈਟਿੰਗ ਸਾਰਾ ਸਿਸਟਮ ਇਹਦੇ ਵਿੱਚ ਆ, ਤੇ ਇੱਕ ਇੱਕ ਕਲੱਚ ਤੋਂ ਬਿਨਾਂ ਆਪਾਂ ਸਟਾਰਟ ਨਹੀਂ ਕਰ ਸਕਦੇ ਇਹਨੂੰ, ਇਹ ਜਿਹੜੀ ਮੇਨ ਖਾਸੀਅਤ ਹੈ, ਮੇਨ ਖਾਸੀਅਤ ਹੈ ਕਲੱਚ ਦੱਬ ਕੇ ਹੀ ਸਟਾਰਟ ਹੋਣਾ ਇਹਨੇ। ਤੇ ਸਭ ਤੋਂ ਬੜੀ ਚੀਜ਼ ਜਿਹੜੀ ਲੋਕਾਂ ਨੂੰ ਪ੍ਰੋਬਲਮ ਵੀ ਸਵਰਾਜ ਦੇ ਵਿੱਚ ਦੇਖਣ ਨੂੰ ਮਿਲਦੀ ਸੀ, ਇਹਦੀ ਆਵਾਜ਼ ਇਹਦੇ ਵਿੱਚ ਕਿ ਆ ਵਟਸਐਪ 55 855 ਵਿੱਚ ਆਵਾਜ਼ ਬਹੁਤ ਸੀ, ਟਰੈਕਟਰ ਦੀ ਤੜ ਬਹੁਤ ਸੀ, ਆਪਾਂ ਇਹਨੂੰ ਸਟਾਰਟ ਕਰਕੇ ਜਦੋਂ ਰੀਪਰ ਤੇ ਚੱਲਦਾ ਸੀ, ਰੀਪਰ ਤੇ ਕਿਤੇ ਮੇਨ ਗੱਲ ਉਹ ਸੀਗੀ ਜਾਂ ਜ਼ੋਰ ਲਾਉਂਦੇ ਦੀ, ਅਗਲਾ ਕਹਿੰਦਾ ਵੀ ਇਹੀ ਆਵਾਜ਼ ਕਰਕੇ ਟਰੈਕਟਰ ਨਹੀਂ ਲੈ ਸਕਦੇ, ਵੀ ਸਾਡੇ ਕੰਨ ਦੁਖਣ ਲਾ ਦਿੰਦਾ, ਪਰ ਇਹਦੇ ਵਿੱਚ ਆਪਾਂ ਦੇਖਾਂਗੇ ਆਲਮੋਸਟ ਉਹਨਾਂ ਸਾਇਲੈਂਟ ਕਰਨ ਦੀ ਕੋਸ਼ਿਸ਼ ਕੀਤੀ ਗਈ ਆ, ਤੇ ਇਹਦੀ ਆਵਾਜ਼ ਜਮਾ ਹੀ ਨਹੀਂ ਹੈਗੀ, ਬਹੁਤ ਘੱਟ ਇੱਕ ਗੱਡੀ ਵਾਲੀ ਫੀਲ ਆ ਜੀ। ਤੇ ਬਾਕੀ ਤੁਸੀਂ ਇਹਨੂੰ ਸਟਾਰਟ ਕਰਕੇ ਵੀ ਦਿਖਾਓ। ਹਾਂ ਇੱਕੋ ਹੀ ਆਪਾਂ ਸਟਾਰਟ ਕਰਦੇ ਆ, ਹਾਂ
ਕੇਸ ਹਾਂ ਕਰਦੇ ਮਿੱਤਰਾ ਬੰਦ ਬਹੁਤ ਫਰਕ ਪੈ ਗਿਆ ਨਾ ਇਹਦੀ ਆਵਾਜ਼ ਦਾ ਹੁਣ ਤੁਸੀਂ ਦੇਖ ਸਕਦੇ ਹੋ ਬਹੁਤ ਜ਼ਿਆਦਾ ਫਰਕ ਪਾ ਦਿੱਤਾ ਗਿਆ ਉਹਨਾਂ ਵੱਲੋਂ ਤੇ ਹੁਣ ਜੇ ਆਪਾਂ ਇਹਦੀ ਇੱਕ ਚੀਜ਼ ਤਾਂ ਦੇਖੀਏ ਸਭ ਰਾਤ ਦੀ ਇਹ ਤਿੰਨ ਸਿਲੰਡਰ ਨਾਲ ਹੀ ਟਰਬੋ ਦੇ ਵਿੱਚ ਹਾਂ ਇਹ ਬੋਰਨਟ ਖੋਲਦੇ ਆ ਬੋਰਨਟ ਦਾ ਮੂਹਰੋਂ ਖੋਲਦਾ ਤੇ ਆਪਾਂ ਇਜੀ ਵਨ ਹੈਂਡ ਨਾਲ ਇਹਨੂੰ ਖੋਲ ਸਕਦੇ ਆ ਸਿਰਫ ਐਂ ਕਰਨ ਦੀ ਲੋੜ ਆ ਤੇ ਉਹ ਤੁਸੀਂ ਦੇਖ ਸਕਦੇ ਹੋ ਕਿ ਤਰ੍ਹਾਂ ਗੱਡੀ ਵਾਲਾ ਫੀਚਰ ਆਪਾਂ ਨੇ ਇਹਨੂੰ ਪ੍ਰੋਵਾਈਡ ਕੀਤਾ ਆਪਾਂ ਨੂੰ ਜੋ ਇਹ ਤਾਂ ਹੁਣ ਆਪ ਉੱਪਰ ਜਾਂਦਾ ਹਾਂ ਹਾਂ ਤੇ ਆ ਇਹਦੇ ਫਿਲਟਰ ਆ ਜੀ ਜਿਹਦੇ ਵਿੱਚ ਇਹ ਇਲੈਕਟ੍ਰਿਕ ਤਰੀਕੇ ਨਾਲ ਅਟੈਚ ਕੀਤਾ ਗਿਆ ਵੀ ਮੰਨ ਲਓ ਆਪਣਾ ਚੌਕ ਹੋ ਜਾਂਦਾ ਦੀ ਫਿਲਟਰ ਆਪਾਂ ਨੂੰ ਨਹੀਂ ਪਤਾ ਲੱਗਦਾ ਜੀ ਤਾਂ ਇਹ ਹੁਣ ਆਪਣੇ ਉੱਥੇ ਡੈਸਕਟਾਪ ਤੇ ਸ਼ੋਅ ਹੋਊਗਾ ਵੀ ਤੁਹਾਡਾ ਫਿਲਟਰ ਚੌਕ ਹੋ ਚੁੱਕਿਆ ਤੇ ਆਹ ਆਪਣਾ ਪਾਵਰ ਸਟੀਅਰਿੰਗ ਆਇਲ ਆ ਜਿਹੜਾ ਲੱਗ ਤੋਂ ਇਹਨਾਂ ਨੇ ਉਰੇ ਦੇ ਦਿੱਤਾ ਆਪਾਂ ਨੂੰ ਤੇ ਟਰਬੋ ਦੇ ਵਿੱਚ ਆ 3 ਸਿਲੰਡਰ ਆਪਾਂ ਟਰੈਕਟਰ ਦੇ ਦੇਖ ਸਕਦੇ ਹੋ ਤੇ ਹੋਰ ਦੱਸ ਮੈਨੂੰ ਇਹਦੇ ਬਾਰੇ ਕੋਈ ਇਹ ਸ਼ੋਅ ਵੀ ਬਹੁਤ ਹੈਵੀ ਆ ਜਦ ਆਪਾਂ ਚੱਕਦੇ ਆ ਤੇ ਉਹਦਾ ਚਲੋ ਹਾਈਡਰੋਲ ਤਾਂ ਛੇਦੀ ਉੱਤੇ ਚਲੇ ਜਾਂਦੀ ਆ ਪਰ ਰੱਖਣ ਵਾਲੇ ਆਪਾਂ ਨੂੰ ਪਤਾ ਲੱਗਦਾ ਵੀ ਹੈਵੀ ਦੇ ਵਿੱਚ ਤੇ ਬੈਟਰੀ ਦੇ ਵਿੱਚ ਕੋਈ ਚੇਂਜ ਨਹੀਂ ਹੈਗਾ ਜੀ ਬੈਟਰੀ ਸਾਈਡ ਤੇ ਹੀ ਆ ਸਵਰਾਜ ਮੰਗ ਦੀ ਇਹਨਾਂ ਨੇ ਅੰਦਰ ਬੈਟਰੀ ਨਹੀਂ ਕਰੀ ਹੈਗੀ ਤੇ ਆ ਆਪਣੇ ਲਿਫਟ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਲਿਫਟ ਕਪੈਸਿਟੀ ਬਹੁਤ ਜ਼ਿਆਦਾ ਜੀ ਵਧਾ ਦਿੱਤੀ ਗਈ ਆ ਪਹਿਲਾਂ ਨਾਲੋਂ ਤੇ ਜੇ ਆਪਾਂ ਹੁਣ ਪਿੱਛੇ ਗੱਲ ਕਰੀਏ ਤਾਂ ਟ੍ਰੈਡੀਸ਼ਨਲ ਫੀਚਰ ਜੀ ਆ ਸਵਰਾਜ ਸ਼ੁਰੂ ਤੋਂ ਦੇ ਰਿਹਾ ਸੀ ਜ਼ਿਆਦਾ 963 ਕੱਢਿਆ ਸੀ ਆਪਣਾ ਲਿਫਟ ਚੱਕਣੇ ਵਾਲਾ ਫੀਚਰ ਜੀ ਇਹ ਵਾਲਾ ਹਾਂ ਜੀ ਇਹ ਆਪਾਂ ਹੁਣ ਪਿੱਛੋਂ ਇਹਦੀ ਲਿਫਟ ਜਿਵੇਂ ਮਰਜ਼ੀ ਚੱਕ ਸਕਦੇ ਹਾਂ ਕੋਈ ਦਿੱਕਤ ਨਹੀਂ ਆਉਣ ਵਾਲੀ ਗੱਲ ਨਹੀਂ ਹੈਗੀ ਜੇ ਕੋਈ ਬੰਦਾ ਦੂਰ ਆ ਤਾਂ ਹੋਰ ਖੋਲ ਲਿਓਗੀ ਨਹੀਂ ਉਰੋਂ ਵੀ ਚੱਕ ਸਕਦਾ ਬੰਦਾ ਜੀ ਇਹ ਹੋਰ ਟਰੈਕਟਰਾਂ ਦੇ ਵਿੱਚ ਕਈਆਂ 'ਚ ਇਲੈਕਟ੍ਰਿਕ ਆ ਪਰ ਹਾਲੇ ਵੀ ਸਵਰਾਜ ਦੇ ਵਿੱਚ ਕਿਤੇ ਹੱਥ ਵਾਲੀ ਫੀਚਰ ਆ ਕਿਉਂਕਿ ਉਹ ਪਾਣੀ ਨਾਲ ਖਰਾਬ ਹੋ ਜਾਂਦੀ ਦੀ ਇਹਦਾ ਕੋਈ ਡਰ ਨਹੀਂ ਹੈਗਾ ਜੀ ਤੇ ਆਹ ਚੀਜ਼ ਦੇਖੇਗਾ ਤਾਂ ਤੁਹਾਨੂੰ ਪਤਾ ਲੱਗੂ ਬਹੁਤ ਜ਼ਿਆਦਾ ਹੈਵੀ 'ਚ ਦੇ ਦਿੱਤੀ ਗਈ ਆ ਉਹਨਾਂ ਟਰੈਕਟਰ ਨਾਲ ਹੀ ਹੁੱਕਾਂ ਪਹਿਲਾਂ ਵਾਲੀਆਂ ਨਹੀਂ ਹੈਗੀਆਂ ਤੇ ਆਪਣਾ PTO ਆਹ ਗੇਅਰ ਆ ਜਿਹੜਾ ਐਡੀਸ਼ਨਲ ਦਾ ਜਿਹੜਾ ਮੇਰੇ ਲਈ ਵੀ ਨਿਊ ਤੀ ਦੇਖਣ ਨੂੰ ਇਹਦਾ ਕੀ ਯੂਜ਼ ਆ ਇਹ PTO ਦੇ 540 ਚੱਕਰ ਨੇ ਇੱਕ ਪ੍ਰਾਈਮ 'ਚ ਆ ਇੱਕ ਆਪਣਾ ਇਕਨੋਮੀ ਚ ਆ ਇਹ ਆਪਣਾ ਤੇਲ ਬਚਾਉਣ ਵਾਲੀ ਚੀਜ਼ ਆ ਇੱਕ ਤਰ੍ਹਾਂ ਦੀ ਅੱਛਾ ਜਿਵੇਂ ਕੋਈ ਜ਼ਿਆਦਾ ਲੋਡ ਤੇ ਨਹੀਂ ਹੈਗੀ ਚੀਜ਼ ਤਾਂ ਉਹਨੂੰ ਆਪਾਂ ਇਕਨੋਮੀ ਚ ਕਰਕੇ ਪਿੱਛੋਂ ਫਿਰ ਬਾਹਰ ਦੇ ਆਪਣਾ ਤੇਲ ਬਚੂਗਾ ਜੇ ਕੋਈ ਲੋਡ ਵਾਲੀ ਤਾਂ 540 ਚੱਕਰ ਪ੍ਰਾਈਮ 'ਚ ਲਾਏਂਗੇ ਉਹ ਤਾਂ ਆਪਣਾ ਉਹ ਹਿਸਾਬ ਨਾਲ ਤੇਲ ਹੋ ਗਿਆ ਇੱਕ ਐਡੀਸ਼ਨਲ ਚੀਜ਼ ਆ ਗੇਅਰ ਵੀ ਪਿੱਛੇ ਦਿੱਤਾ ਹੋਇਆ ਸਾਰੇ ਗੇਅਰਾਂ ਨਾਲ ਅਲੱਗ ਹੋ ਰਿਹਾ ਹੈ ਟਾਇਰ ਤੇ ਆ ਗਿਆ ਆਪਣਾ ਠੀਕ ਆ ਤੇ ਲਿਫਟ ਦੇ ਵਿੱਚ ਤੁਸੀਂ ਦਿਖਾਏਂਗੇ ਕਿ ਆਪਣੇ YouTube ਵਾਲੇ ਬੰਦੇ ਆ ਟਰੈਕਟਰ ਪ੍ਰੇਮੀ ਦੇਖਣਗੇ ਤਾਂ ਇਹਦੀ ਲਿਫਟ ਸਾਈਡਾਂ ਦੀ ਜਗ੍ਹਾ ਗੱਭਿਓ ਆ ਰਹੀ ਹੈ ਜੀ ਹਾਂ ਇੱਕ ਤਰ੍ਹਾਂ ਦੀ ਵੀ ਦੀ ਤਰ੍ਹਾਂ ਆ ਰਹੀ ਆ ਤੇ ਲਿਫਟ ਆਪਣੀ ਹੈਗੀ ਬਹੁਤ ਲੰਬੀ ਕਰ ਦਿੱਤੀ ਇਹਨਾਂ ਨੇ ਲੋਕ ਸਿਸਟਮ ਉਹੀ ਆ ਜੀ ਸਾਈਡ ਤੇ ਕੀਲੀਆਂ ਨੇ ਲਿਫਟ ਖੜਾਉਣੇ ਵਾਲਾ ਇਹਦੇ ਵਿੱਚ ਕੋਈ ਚੇਂਜ ਨਹੀਂ ਹੈਗੇ ਬਸ ਲਿਫਟ ਹੀ ਆਪਣੀ ਵੀ ਚੋਂ ਆ ਰਹੀ ਆ ਤੇ ਜੇ ਆਪਾਂ ਲਾਈਟਾਂ ਦੀ ਗੱਲ ਕਰੀਏ ਉਹਨਾਂ 'ਚ ਵੀ ਚੇਂਜ ਆ ਥੋੜੀਆਂ ਇੱਕ ਤਰ੍ਹਾਂ ਸਟੈਂਡਰਡ ਜਿਹਾ ਬਣਾਉਣ ਲਈ ਇਹਨਾਂ ਥੋੜੀਆਂ ਇੱਕ ਤਰ੍ਹਾਂ ਅੱਡ ਫੀਚਰ ਦੇ ਵਿੱਚ ਦਿੱਤੀਆਂ ਨੇ ਕੋਈ ਅੱਡ ਡਿਜ਼ਾਈਨ ਆ ਜਾਂ ਲਾਈਟਾਂ ਦੇ ਵਿੱਚ ਤੇ ਆ ਹਾਈਡਰੋਲ ਆਪਣੇ ਉਹ ਲਿਫਟ ਵਾਲੇ ਨੇ ਜਿਵੇਂ ਆਪਾਂ ਉਹ ਤੇ ਲਾਉਂਦੇ ਹੁੰਦੇ ਆ ਲੇਜ਼ਰ ਤੇ ਜਾਂ ਪਟਾਵੇ ਹਲਾਂ ਦੇ ਦੋਹੇ ਚੀਜ਼ਾਂ ਪ੍ਰੋਵਾਈਡ ਨੇ ਡੰਡਾ ਜੇ ਪੁਰਾਣੇ ਟਰੈਕਟਰ ਜਿਨ੍ਹਾਂ ਕੋਲ ਵੀ ਸਵਰਾਜ ਆ ਉਹਨੂੰ ਪਤਾ ਹੋਊਗਾ ਉਰੇ ਦਿੱਤਾ ਜਾਂਦਾ ਦੀ ਆਪਾਂ ਲਮਕਾ ਦਿੰਦੇ ਸੀ ਪਰ ਉਹ ਹੁਣ ਆਪਾਂ ਸੈਂਟਰ 'ਚ ਆ ਗਏ ਹਾਂ ਸੈਂਟਰ ਦੇ ਵਿੱਚ ਆ ਉਕਣੇ ਆਪਾਂ ਰੱਖ ਸਕਦੇ ਆ ਇਹਦੀ ਉਹ ਗਿੱਲੀ ਆ ਇਹਦੇ ਵਿੱਚ ਪਾ ਕੇ ਜਦ ਵੀ ਲੋੜ ਆ ਤਾਂ ਕੱਢ ਲਈ ਤਾਂ ਪਾ ਲਈ ਸੋ ਹਾਂਜੀ ਹੁਣ ਆਪਾਂ ਗੱਲ ਕਰਦੇ ਹਾਂ ਇਹਦੇ ਟਾਇਰਾਂ ਦੀ ਤੇ ਜਿਹੜੀ ਆਪਣੀ ਛਤਰੀ ਤੁਸੀਂ ਦੇਖ ਸਕਦੇ ਹੋ ਇਹ ਨਾਲ ਮਿਲੀ ਆ ਜਾਂ ਨਹੀਂ ਮਿਲੀ ਇਹ ਵੀ ਪੁੱਛਾਂਗੇ ਤੇ ਬਾਕੀ ਮੈਟ ਵਗੈਰਾ ਟਾਇਰ ਵਗੈਰਾ ਦੀ ਗੱਲ ਵੀ ਕਰਾਂਗੇ ਤੇ ਬਾਕੀ ਹੁਣ ਜਿਹੜੀ ਗੱਲ ਕਰਦੇ ਆ ਵੱਲੀ ਮੈਨੂੰ ਇਹਦੇ ਬਾਰੇ ਦੱਸ ਜਿਹੜੇ ਟਾਇਰਸ ਨੇ ਇਹ ਕਿੰਨੇ ਇੰਚੀ ਆ ਇਹ 16 ਦੇ ਟਾਇਰ ਨਹੀਂ MRF ਦੇ ਟਾਇਰ ਉਹਨਾਂ ਵੱਲੋਂ ਦਿੱਤੇ ਗਏ ਨੇ ਆਪਾਂ ਇਹ ਤੁਸੀਂ ਕੋਈ ਲਹਿਦਾ ਤਾਂ ਨਹੀਂ ਪਵਾਏ ਨਹੀਂ ਲਹਿਦਾ ਨਹੀਂ ਆਪਾਂ ਪਵਾਏ ਕਿ ਉਹਨਾਂ ਵੱਲੋਂ MRF ਦੇ ਆਪਾਂ ਟਾਇਰ ਦਿੱਤੇ ਗਏ ਨੇ 16 ਦੇ ਵਿੱਚ ਤੇ ਬਾਕੀ ਆ ਮੈਟ ਵਗੈਰਾ ਵੀ ਤੁਸੀਂ ਆ ਮੈਟ ਆਪਣਾ ਖਰਚਾ ਦੀ ਵੀਰੇ ਕਿਉਂਕਿ ਇੱਕ ਲਾਲ ਮੈਟ ਵਧੀਆ ਲੱਗਿਆ ਮੈਨੂੰ ਤਾਂ ਆਪਾਂ ਲਵਾਇਆ ਅੱਬਲ ਉਹਨਾਂ ਵੱਲੋਂ ਕਾਲਾ ਮੈਟ ਪ੍ਰੋਵਾਈਡ ਕੀਤਾ ਜਾਂਦਾ ਹਾਂ ਉਹਨਾਂ ਵੱਲੋਂ ਕਾਲਾ ਮੈਟ ਪ੍ਰੋਵਾਈਡ ਕੀਤਾ ਜਾਂਦਾ ਸ਼ੋਭਾ ਤੇ ਬਾਕੀ ਆਹ ਜਿਹੜਾ ਛਤਰੀ ਡਿਜ਼ਾਈਨ ਵਾਲੀ ਹੋਗੀ ਇਹ ਅਲੱਗ ਆ ਜੀ ਕੋਈ ਛਤਰੀ ਉਹਨਾਂ ਵੱਲੋਂ ਨਾ ਆਪਣੀ ਕੋਈ ਦੂਜੀ ਤੀ ਜਿਹੜੀ ਆਪਾਂ ਓਲਡ ਸਟਾਈਲ ਦੀ ਹੁੰਦੀ ਆ ਉਹ ਵੀ ਵਿੱਚ ਨਹੀਂ ਸੀ ਆ ਵੀ ਵਿੱਚ ਨਹੀਂ ਸੀ ਇਹ ਆਪਾਂ ਨੂੰ ਲਹਿਦਾ ਖਰਚਾ ਕਰਨਾ ਪੈਂਦਾ ਸਿਰਫ ਸਾਈਡ ਵਾਲੇ ਡੰਡੇ ਜਿਹੜਾ ਆਹ ਜਾਂਦਾ ਆਪਣਾ ਪੈਪ ਹਾਂਜੀ ਇਹ ਯਾਨੀ ਕਿ ਤੁਹਾਨੂੰ ਨਾਲ ਮਿਲਿਆ ਕਿ ਇਹ ਵੀ ਤੁਹਾਨੂੰ ਐਕਸਟਰਾ ਚਾਰਜ ਕਰਨਾ ਪੈਂਦਾ ਐਕਸਟਰਾ ਚਾਰਜ ਦੇ ਵੀਰੇ ਸਾਰੀ ਛਤਰੀ A to Z ਇਹ ਕੰਪਨੀ ਦਾ ਮਿਲਿਆ ਤੁਹਾਨੂੰ ਇਹ ਲੱਗੇ ਲਵਾਈ ਆ ਵੀਰੇ ਉਹਨਾਂ ਤੋਂ ਕਿ ਜਿਹੜਾ ਆਪਾਂ ਨੂੰ ਆਹ ਛਤਰੀ ਪਈ ਆ ਇਹ ਟੋਟਲ ਕਿੰਨੇ ਚ ਪਈ ਆ ਇਹਦੀ ਅਮਾਉਂਟ ਦੱਸ ਦੇ ਵੀਰ ਬਣ ਕੇ 15,500 ਦੇ ਵਿੱਚ ਪਈ ਆ ਜਿਹਦੇ ਵਿੱਚ ਲਾਈਟਾਂ ਆਉਂਦੀਆਂ ਛਤਰੀ ਦੇ ਵਿੱਚ ਤੇ ਉਹ
ਪੱਖਾ ਹੋ ਗਿਆ ਡੰਡਾ ਸਾਰਾ ਇਹ ਸਾਢੇ ਪੰਦਰਾਂ ਹਜ਼ਾਰ ਦੇ ਵਿੱਚ ਸਾਰਾ ਹੈ ਡੰਡਾ ਤੇ ਨਾਲ ਛਤਰੀ ਹੈ ਪੂਰੀ ਫੁੱਟ ਸਾਢੇ ਪੰਦਰਾਂ ਦੀ ਪਈ ਹੋਈ ਹੈ ਤੇ ਆ ਮੈਟ ਕਿੰਨੇ ਦਾ ਪਿਆ ਆਪਾਂ ਨੂੰ ਇਹ ਮੈਂ ਦੱਸਦਾ ਨੋਰਮਲ ਮੈਟ ਆ ਨਾ ਨੋਰਮਲ ਮੈਟ ਆ ਵੀਰ
ਟਾਇਰ ਦੇ ਵਿੱਚ ਹਾਂ ਇਹ ਬੇਟਾਂ ਦਾ ਜਿਹੜਾ ਵਜਨ ਲਿਖਿਆ ਹੋਇਆ 37.5 ਕੇਜੀ 37.5 ਕਿਲੋ ਦੇ ਨੇ 37.5 ਕਿਲੋ ਦੇ ਇਹ weight ਨੇ ਨਾਲੇ ਪ੍ਰੋਵਾਈਡ ਨੇ ਇਹਦੇ ਵਿੱਚ ਕੋਈ ਡੀਜ਼ਲ ਦਾ ਖਰਚਾ ਨਹੀਂ ਹੈਗਾ ਤੇ ਉਹਨਾਂ ਵੱਲੋਂ ਦਿੱਤੇ ਕਹਿੰਦੇ ਤੇ ਆ ਆਪਣਾ ਫਿਲਟਰ ਦਿੱਤਾ ਜਾਂਦਾ ਅੱਡ ਜਿਵੇਂ ਕਈ ਵਾਰ ਤੇਲ ਦੇ ਨਾਲ ਪਾਣੀ ਪੁਣੀ ਆ ਜਾਂਦਾ ਤਾਂ ਕੋਈ ਗੱਲ ਚੱਕਰ ਵਾਲੀ ਲੋੜ ਨਹੀਂ ਆਵੇ ਫਿਲਟਰ ਕਰੂਗਾ ਤੇ ਬਾਕੀ ਹੁਣ ਸਾਰੀਆਂ ਗੱਲਾਂ ਦੱਸ ਦੇ ਕੋਈ ਰਹਿ ਨਾ ਜਾਵੇ ਤੇ ਸੋਚ ਲਾ ਦੇ ਇਹਦੇ ਨਾਲ ਹੀ ਵੀਰੇ ਤੁਹਾਨੂੰ ਦੱਸ ਦਿੱਤਾ ਹੁਣ ਜਿਵੇਂ ਤਿੰਨ ਸਿਲੰਡਰ ਸਾਰਾ ਕੁਝ ਆ ਤੇ 65 ਤੋਂ 70 HP ਦੇ ਵਿੱਚ ਦਾ ਟਰੈਕਟਰ ਆ ਇਹਦੀ ਵੈਸੇ ਤਾਂ ਬੇਸਿਕਲੀ 65 ਕਹਿੰਦੇ ਨੇ ਪਰ ਜਿਹੜਾ ਕੰਪਨੀ ਵੱਲੋਂ ਦੱਸਿਆ ਨਾ 65 ਤੋਂ 70 ਦੇ ਵਿੱਚ ਦੀ HP ਦੱਸੀ ਜਾਂਦੀ ਹੈ ਇਹਦੀ ਤੇ 19 HP ਦਾ ਟਰੈਕਟਰ ਆ ਤੇ ਬਾਕੀ ਹੁਣ ਤੁਸੀਂ ਡਿਫਰੈਂਸ ਦੇਖ ਹੀ ਲਿਆ ਹੁਣ ਆਪਾਂ ਤੁਹਾਨੂੰ ਰੋਡ ਤੇ ਦਿਖਾਉਂਦੇ ਆ ਜਾ ਕੇ ਹਾਂ ਰੋਡ ਤੇ ਵੀ ਤੁਹਾਨੂੰ ਚਲਾ ਕੇ ਦਿਖਾਵਾਂਗੇ ਕੀ ਪਰਫਾਰਮੈਂਸ ਰਹਿੰਦੀ ਹੈ ਇਹਦੀ ਓਵਰਆਲ ਵੀ ਆਹੀ ਇਹਦਾ ਵੀ ਇਹਦੇ ਵਿੱਚ ਸਿਰਫ ਉਹ ਮੈਟ ਤੇ ਹੁੱਡ ਤੇ ਉਹ ਜਿਹੜੀ ਮਾੜੀ ਮੋਟੀ ਉਹ ਤੁਸੀਂ ਆਪ ਕਰਾਇਆ ਬਾਕੀ ਸਾਰਾ ਕੁਝ ਕੰਪਨੀ ਕਰਨੀ ਹੋਣਾ ਪ੍ਰੋਵਾਈਡ ਆ ਤੇ ਕਾਜੀ ਹੋਰ ਜੇ ਆਪਾਂ ਤੁਸੀਂ ਸੁਣਾਏ ਨਾ ਦੇਖੇਂਗੇ ਉਹ ਆ ਪ੍ਰੋਵਾਈਡ ਕੀਤੀ ਗਈ ਵੀ ਰੰਗ ਨਾ ਵੀ ਸ਼ੋ ਨਾ ਖਰਾਬ ਹੋਵੇ ਸ਼ੋ ਨਾ ਖਰਾਬ ਹੋਵੇ ਮਤਲਬ ਇਹਦਾ ਉਹਨਾਂ ਦਾ ਰੰਗ ਨਾ ਰੋਤਰੇ ਪੱਤੇ ਜੀ ਲਾਤੀ ਇਹਨਾਂ ਨੇ ਵੀ ਗਰਮ ਹੋ ਕੇ ਵੀ ਇਹਨੂੰ ਹੀਟ ਨਾ ਜਾਵੇ ਹੀਟ ਨਾ ਜਾਵੇ ਤੇ ਜਿਹੜਾ ਹੁਣ ਆਪਾਂ ਜਿਵੇਂ ਤੁਹਾਨੂੰ ਦੱਸੇ 15-20 ਦਿਨ ਹੋ ਗਏ ਲਿਆਂਦੇ ਨੂੰ ਇਹਨੂੰ ਆਪਾਂ 10 ਫੜੀਆਂ 10 ਤਬੀਆਂ ਤੇ ਪੂਰਾ ਖੁੱਲਾ ਛੱਡ ਕੇ ਚਲਾਇਆ ਹੋਇਆ ਤੇ ਗਰਮ ਛੇਤੀ ਨਹੀਂ ਹੁੰਦਾ ਹੈਗਾ ਜੀ ਆਪਾਂ ਸਾਰਾ ਡਿਟੇਲ ਦੇ ਵਿੱਚ ਤੁਹਾਨੂੰ ਦੱਸ ਚੁੱਕੇ ਆ ਤੇ ਰੇਟ ਦੀ ਗੱਲ ਰਹਿ ਗਈ ਤੁਸੀਂ ਵੀਡੀਓ ਨਾਲ ਬਣੇ ਰਹੋ ਤੇ ਹਾਂਜੀ ਮੈਂ ਤੁਹਾਨੂੰ ਇੱਕ ਕੁਐਸਚਨ ਹੀ ਕਰਨ ਲੱਗਿਆ ਤੁਹਾਨੂੰ ਵੀ ਜੇ ਕੋਈ ਵੀ ਸਾਡੇ ਤੋਂ ਗੱਲ ਰਹਿ ਗਈ ਹੋਵੇ ਤੁਸੀਂ ਕਮੈਂਟ ਵਿੱਚ ਸਾਨੂੰ ਪੁੱਛ ਸਕਦੇ ਹੋ ਆਪਾਂ ਸਪੈਸ਼ਲ ਵੀਡੀਓ ਫੇਰ ਬਣਾ ਦਾਂਗੇ ਤੇ ਬਾਕੀ ਜਿਨ੍ਹਾਂ ਨੇ ਤਵੀਆਂ ਦਾ ਜ਼ੋਰ ਦੇਖਣਾ ਆ ਹੜਾਂ ਦਾ ਜ਼ੋਰ ਦੇਖਣਾ ਆ ਜਿੱਦਾਂ ਦਾ ਵੀ ਹੋਇਆ ਤੁਹਾਨੂੰ ਉਹਦੇ ਵਿੱਚ ਆਪਾਂ ਇਹਨੂੰ ਚਲਾ ਕੇ ਦਿਖਾਵਾਂਗੇ ਸਾਨੂੰ ਕਮੈਂਟ ਕਰਕੇ ਦੱਸ ਦਿਓ ਤੁਸੀਂ ਕਿਹਦੇ ਵਿੱਚ ਇਹਨੂੰ ਤੋਰਨਾ ਪਸੰਦ ਕਰਦੇ ਹੋ ਤੁਹਾਨੂੰ ਫੁੱਲੀ ਡਿਟੇਲ ਉਹਦੇ ਵਿੱਚ ਦਿਖਾਵਾਂ ਕਿਹੜੇ ਗੇਅਰ 'ਚ ਤੋਰਿਆ ਵੀ ਕਦੋਂ ਗਰਮ ਹੁੰਦਾ ਇਹ ਠੀਕ ਆ ਜੀ ਅਤੇ ਆਪਾਂ ਹੁਣ ਗੱਲ ਕਰਦੇ ਹਾਂ ਇਹਦੀ ਰੇਟ ਦੀ ਹੁਣ ਆਪਾਂ ਗੱਲ ਕਰਦੇ ਹਾਂ ਮੇਨ ਗੱਲ ਦੀ ਇਹ ਟਰੈਕਟਰ ਆਪਾਂ ਨੂੰ ਕਿੰਨੇ 'ਚ ਪਿਆ ਇਹ ਵੀਰ ਦੱਸੀ ਮਾੜੇ ਜਾਂ ਕਿੰਨੇ 'ਚ ਪਿਆ ਆਪਾਂ ਨੂੰ ਕੰਡੀਸ਼ਨ ਕਰਕੇ ਕਹਿ ਲੋ ਜਾਂ ਫਿਰ ਆਪਾਂ ਨੂੰ ਪਤਾ ਸਵਰਾਜ ਦੀ ਮਾਰਕੀਟ ਹੁੰਦੀ 850 ਦੀ ਤਾਂ ਉਹਦੇ ਕਰਕੇ ਬਹੁਤ ਵਧੀਆ ਰੇਟ ਦਾ ਕੱਟਿਆ ਵੀ ਉਹ ਕਿੰਨੇ ਦਾ ਕੱਟਿਆ ਗਿਆ ਆਪਣਾ 480 ਦਾ 480 650 ਦਾ ਲੱਤਾਂ ਦੀ 480 ਦਾ ਕਟਾਦਾ 8 ਸਾਲ ਬਾਅਦ ਠੀਕ ਆ ਤੇ ਬਾਕੀ ਤੁਸੀਂ ਐਡ ਕਰਕੇ ਇਹ ਲਿਆਂਦਾ ਐਡ ਕਰਕੇ ਆਪਾਂ ਲਿਆਂਦਾ ਠੀਕ ਆ ਠੀਕ ਆ ਸੋ ਹਾਂਜੀ ਹੁਣ ਤੁਹਾਨੂੰ ਆਪਾਂ ਦਿਖਾਉਨੇ ਆ ਇਹਦਾ ਤੋਰ ਦਿਖਾਉਨੇ ਆ ਮਣੀ ਰੇਸ ਵੀ ਦੇ ਕੇ ਦਿਖਾਂਗੇ ਆਪਾਂ ਰੋਡ ਤੇ ਜਾਂਦੇ ਆ ਠੀਕ ਆ ਜੀ ਤੁਸੀਂ ਉਹ ਦੇਖਿਓ ਹੁਣ